ਘੱਲੂਘਾਰਾ ਯਾਦਗਾਰੀ ਮਾਰਚ ਤੋਂ ਆਗਾਜ਼ ਕੀਤਾ ਜਾ ਰਿਹਾ। ਦਲ ਖਾਲਸਾ ਜਥੇਬੰਦੀ ਅਤੇ ਹੋਰ ਸਮੁੱਚੀਆਂ ਪੰਥਕ ਵਿਹਾਰ ਦੇ ਸਹਿਯੋਗ ਦੇ ਨਾਲ ਯਾਦਗਾਰੀ ਮਾਰਚ ਰਿਹਾ, ਜੋ ਦਲ ਖਾਲਸਾ ਦੇ ਦਫ਼ਤਰ ਤੋਂ ਆਰੰਭ ਹੋਇਆ, ਅੰਮ੍ਰਿਤਸਰ ਦੇ ਸ਼ਹਿਰ ਦੇ ਬਜ਼ਾਰਾਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੇਗਾ, ਜਿੱਥੇ ਸ਼ਹੀਦਾਂ ਨੂੰ ਅਰਦਾਸ ਕਰਕੇ ਉਹਨਾਂ ਨੂੰ ਅਰਦਾਸ ਕਰਨ ਵੇਲੇ ਇਹ ਪ੍ਰਣ ਕੀਤਾ ਜਾਏਗਾ ਕਿ ਜਿਹੜੇ ਸ਼ਹੀਦਾਂ ਨੇ ਹਰਿਮੰਦਰ ਸਾਹਿਬ ਦੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਸ਼ਹਾਦਤਾਂ ਪਾਈਆਂ, ਉਹਨਾਂ ਨੂੰ ਅਸੀਂ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਕੌਮ ਦੀ ਆਜ਼ਾਦੀ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਾਂਗੇ। ਇਹ ਜੋ ਅਸੀਂ ਦਲ ਖਾਲਸਾ ਵੱਲੋਂ ਇਹ ਸਮੁੱਚੀਆਂ ਪੰਥਕ ਦਿਵਸ ਵੱਲੋਂ ਇਹ ਅਪੀਲ ਕੀਤੀ ਹੈ, ਜੋ 6 ਜੂਨ 1984 ਨੂੰ ਦਰਬਾਰ ਸਾਹਿਬ ਦੇ ਜੋ ਹਮਲੇ ਦੀ ਯਾਦ ਮਨਾਈ ਜਾ ਰਹੀ ਹੈ, ਉਹਦੇ ਸੰਬੰਧ ਵਿੱਚ ਦਲ ਖਾਲਸਾ ਨੇ ਹੋਰ ਪੰਥਕ ਤਿਉਹਾਰ ਦੇ ਨਾਲ ਅੰਮ੍ਰਿਤਸਰ ਬੰਦ ਦਾ ਐਲਾਨ ਕੀਤਾ। ਅਸੀਂ ਸਾਰੇ ਹੀ ਅੰਮ੍ਰਿਤਸਰ ਨਿਵਾਸੀ ਹਿੰਦੂ ਮੁਸਲਮਾਨ ਈਸਾਈ ਸਿੱਖ ਸਾਰਿਆਂ ਨੂੰ ਅਪੀਲ ਕਰਦੇ ਹਾਂ ਹੱਥ ਜੋੜ ਕੇ ਕਿ ਇਹ ਸ੍ਰੀ ਕੋਰਟ ਜੋ ਅੰਮ੍ਰਿਤ ਜ਼ਖਮ ਦੇ ਦਰਬਾਰ ਸਾਹਿਬ ਦੇ ਨਾਂ ਤੋਂ ਬਾਅਦ ਸਾਡੇ ਧੁੱਖ ਦੇ ਸ੍ਰੀ ਕਰਾਇਆ ਹੈ ਆਪਣੇ ਕਾਰੋਬਾਰ ਦੇ ਪਰੋਖੇ ਨਾਲ ਦੇ ਬੱਕੇ ਵਾਲੇ।